ولد ولم يولد ولم يكن له كفوا احد. بسم الله الرحمن الرحيم. قل هو الله احد الله الصمد لم يلد ولم يولد ولم يكن له كفوا احد. بسم الله الرحمن الرحيم. صل على محمد آل محمد واجل فرج آل محمد باواد بلان صلوات. دعائے وارث کائنات تو رٹورا قبول فرما. بھائی جان دا پر خلوص ہے تمام بارواں بادشاہ اپنی بارگاہ وچ قبول فرما. مومن مومنات جو بیمار ان مالک صحت دے. مرحومین دے اللہ پاک درجات بلند فرماوے. پی ظفر شاہ صاحب تے پنوں کو مالک حیاتیاں والے نے ایک عزادار بیٹے دے. اسد عباس کو مالک حیاتی والا مچڑا دے. جتنے بچے بچیاں پڑھ دین اج دے نہیں دے صدقے مالک کامیابیاں نال نوازے. بادشاہ دا ظہور ہوے بی بی دا گھر وسے تواریاں ساری اکھیں دے کے سلوات پڑھو. میں ذکر پاک شروع کراں بابا. تھوڑے بندہ سلوات نے بھی پڑھی یار سارے پڑھو. چاہ سمیع العلیم من الشیطان الرجیم. بسم اللہ الرحمن الرحیم. صلوات الحمد والسلام على اشرف الانبیاء والمرسلین. صلوات. تھوڑا جہا میک کھول بابا میک. مہربانی. زندگی ہوئی بچے جی. والا سیدت الجلیلت المخدومت مقدسات طاہرت المطہرہ عالمت العاملہ صدیقت الکبرہ المدفونت سرن جل دفنوئی ڈھلیوئی راتائی والمضوبت جہرن جل رٹی چٹا نہیں آئی سیدت النساء العالمین. کمند کر کے صلوات. ہونے عارضی مان بھراواں دے آویندیاں ہن تنہائیاں آویندیاں وقت شریفاں تے وسطہ رکھے گھر بھائی. میں سب کے تھی ولک دفا بابا آوے نروکات شریفہ تہن چندر و دادیا شرہ بھینی کے مار سلامت رہا ہے ہندے عارضی عارضی مار مفصل نہیں اختصار نال جو اگے مجلس پاک شروع ہونے لیٹ ہو گئے ہیں.
ਵਸਦਾ ਪਈ ਅਲੀ ਦੁਆ ਮੰਗ ਸ਼ਾਲਾ ਇੱਕ ਦਫ਼ਾ ਵੱਤ ਵਸੇ ਪਾਕ ਬੀਬੀਆਂ ਘਰ ਵੱਲ ਆਵਣ ਸ਼ਾਲਾ ਬਾਬੇ ਕੁਬਲਾ ਵਸਦਾ ਲੇਖਣ ਹਸਨ ਬੇਟਾ ਜੀ ਬਾਬਾ ਜਾਨ ਮਦੀਨੇ ਵੰਜੋ ਮੇਰੀਆਂ ਧੀਆਂ ਗਿਨ ਤੁਸੀਂ ਚੁੱਪ ਕਰ ਗਏ ਬਾਬਾ ਜਾਨ ਕੇ ਫਰਮਾਇਆ ਵੇ ਭੇਣੀ ਘਿਨ ਕੂਫਾ ਹਸਨ ਪਿਊ ਦੇ ਪਾਸੇ ਦੇਖਿਆ ਤੇ ਬਾਬਾ ਸਾਰੀਆਂ ਭੇਣੀ ਕੂਫਾ ਫਰਮਾਇਆ ਨੇ ਤੁਹਾਡੇ ਬਾਬੇ ਦਾ ਦਿਲ ਏ ਕਰ ਜੋ ਆਵਣੇ ਸਾਜੀ ਆਵੇ ਇੱਕ ਦਫਾ ਵਸਦੀ ਸ਼ਾਹੀ ਚ ਆਵੇ ਰਾਤ ਦਾ ਸਫ਼ਰ ਕਰੇ ਨੀਂਹ ਦਾ ਆਰਾਮ ਗਾਜ਼ੀ ਮਹਾਰੀ ਹੋਵੇ ਤੇਰਾ ਘੋੜਾ ਭੇਣ ਦੇ ਮਹਮਲ ਦੇ ਸੱਜੇ ਹੋਵੇ ਹੁਸੈਨ ਦਾ ਖੱਬੇ ਹੋਵੇ ਮੁਹੰਮਦ ਹਨਫੀਆ ਦਾ ਅੱਗੇ ਹੋਵੇ ਮੁਹੰਮਦ ਹਨਫੀਆ ਕੋ ਮੇਰੀ ਤਰਫੋਂ ਤਾਕੀਦ ਕਰਨੀ ਹੈ ਕੋਈ ਰਾਹਗੀਰ ਆਉਂਦਾ ਪਿਆ ਹੋਵੇ ਝਿਣਕ ਨਹੀਂ ਦੇਵਣ ਉਹ ਆਖਣੇ ਰਾਹ ਤਬਦੀਲ ਕਰ ਇਹਨੂੰ ਮੁਹੰਮਦ ਦੀਆਂ ਧੀਆਂ ਦੇ ਮਹਮਲ ਪਿਆ ਬਿਸਮਿਲਾ ਕਰਾਂ ਬਾਈ ਵਸਦੇ ਆਬਾਦ ਹੋਵੋ ਮੇਰੀ ਧੀ ਦੇ ਮਿਜ਼ਾਜ ਦੇ ਮੁਤਾਬਿਕ ਸਫ਼ਰ ਕਰਾਏ ਭਾਵੇਂ ਇੱਕ ਮੀਲ ਤੇ ਆਖੇ ਨਾ ਥੱਕ ਪਈਆਂ ਉੱਠ ਬਲਾਏ ਜਾ ਵਾਹ ਵਾਹ ਕੂਫਾ ਤੋਂ ਇੱਕ ਮੀਲ ਦੇ ਫਾਸਲੇ ਤੇ ਖੈਮੇ ਲਾਉਣ ਹਾਏ ਮੈਂ ਕੋਈ ਤਲਾਹ ਦੇਵਣੀ ਹੈ ਕੂਫੇ ਸ਼ਹਿਰੀ 'ਚ ਮੈਂ ਆਪ ਗਿਨਨਾ ਸਾਰੀਆਂ ਗੱਲਾਂ ਬਾਬਾ ਜਨਾਬ ਹਸਨ ਸੁਣੀਆਂ ਨਾ ਤੇ ਬਾਬਾ ਆਣਨਾ ਜੋ ਹੇ ਇਹ ਗਾਲ ਆਲੀਆ ਨਾਲ ਕਰੇ ਸੀ ਕੌਣ ਜੋ ਤੈਂ ਕੂਫੇ ਜੁਲਣਾ ਸਮਝ ਗਏ ਹੋ ਫਰਮਾਨ ਬੇਟਾ ਇਹ ਡਿਊਟੀ ਤੇਰੀ ਨਹੀਂ ਮੇਰੇ ਹੁਸੈਨ ਦੀ ਬਿਸਮਿਲ੍ਲਾ ਕਰਾਂ ਚਾਚਾ ਦੁਆ ਫਰਮਾਈ ਅਲੀ ਸਤਾਰਾਂ ਪੁੱਤਰ ਘੋੜਾ ਤੇ ਬਾਦ ਤੈ ਮਨਾਜ਼ਰ ਦੇ ਮਦੀਨਾ ਨਾਨੇ ਦਾ ਸਲਾਮ ਅੰਮਾ ਪਾਕ ਦਾ ਸਲਾਮ ਅਜ਼ਰ ਬਾਈ ਆਲੀਆ ਬੀਬੀ ਕੋ ਪਤਾ ਲੱਗਾ ਵੀਰ ਆ ਗਏ ਅੰਮਾ ਫਿਜ਼ਾ ਵੱਡੇ ਗੇਟ ਦੇ ਸਾਹਮਣੇ ਵੱਡੀ ਹਵੇਲੀ ਵਿੱਚ ਕੁਰਸੀਆਂ ਲਾ ਮੇਰੇ ਭਰਾ ਬਲਹਾ ਜਾਏ ਲੈ ਬਹਿ ਵੰਜਣ ਮੈਂ ਕੋਈ ਤਲਾਹ ਦੇਵੇ ਮੈਂ ਦੇਖ ਸਾ ਰਲੇ ਮਹਿਮਨ ਤੋਂ ਸੋਹਣੇ ਲੱਗਦੇ ਧੀਆਂ ਦੇ ਪਰਦੇ ਆਉਣੇ ਅੱਜ ਦੇ ਨੀਂਹ ਦਾ ਸਦਕਾ ਜਿਹੜੇ ਬੇ ਔਲਾਦ ਬੈਠੇ ਹੋ ਅੱਜ ਦੇ ਨੀਂਹ ਦਾ ਸਦਕਾ ਮਾਲਿਕ ਬਠੜੇ ਦੇ ਬਿਮਾਰੀ ਵੇ ਮਾਲਿਕ ਸਿਹਤ ਦੇਵੇ ਜੋ ਗਰੀਬ ਇਨ ਅੱਲਾ ਵਸੀ ਤਰ ਰਿਜ਼ਕ ਹਲਾਲ ਦੇ ਬੱਚੀਆਂ ਬੱਚੇ ਪੜ੍ਹਦੇ ਨੇ ਮਾਲਿਕ ਕਾਮਯਾਬੀਆਂ ਕਾਮਰਾਨੀਆਂ ਨਾਲ ਨਵਾਜ਼ੇ ਸਦਕੇ ਥੀਵਾਂ ਕੁਰਸੀਆਂ ਲੱਗ ਗਈਆਂ ਹਸਨੈਨ ਬਹਿ ਗਏ ਭੇਣੀ ਆਈਆਂ ਯਕੀਨ ਕਰ ਵੰਨੇ ਭਾਵੇਂ ਆਪਣੀ ਹਵੇਲੀ ਆਈ ਮਿਲਣ ਫਿਰਾਵਾਂ ਕੋ ਪਈਆਂ ਆਉਂਦੀਆਂ ਬੁਰਕੇ ਪਾਤੇ ਹੋਏ ਨੇ ਚਾਚਾ ਸਹੀ ਹਸਨੈਨ ਉੱਠੀ ਕੇ ਆਲੀਆ ਦਾ ਇਸਤਕਬਾਲ ਕੀਤਾ ਹਸਨ ਦੇ ਰੁਖਸਾਰ ਹੁਸੈਨ ਦਾ ਗੱਲ ਗਾਜ਼ੀ ਦੀ ਸੱਜੀ ਅੱਖ ਛੋਟੇ ਫਿਰਾਵਾਂ ਦੀਆਂ ਪੇਸ਼ਾਨੀਆਂ ਚੁੰਮੀਆਂ ਯਕੀਨ ਕਰਾਏ ਜੇ ਤਈ ਆਲੀਆ ਬੈਠੀ ਨਹੀਂ ਫਿਰਾ ਖੜੇ ਰਹਿ ਇੱਜ਼ਤਦਾਰ ਕੋ ਪਤਾ ਹੁੰਦਾ ਇੱਜ਼ਤਦਾਰ ਦੀ ਇੱਜ਼ਤ ਦਾ ਸਦਕੇ ਥੀਵਾਂ ਬਜ਼ੁਰਗ ਜ਼ਾਕਰਾਂ ਦਾ ਇੱਕ ਲਫ਼ਜ਼ ਇਹ ਆਖ ਦੇਵਾਂ ਵਾਦੇ ਹਨ ਹੱਕ ਮੰਗਣ ਬਤੂਲ ਆਵੇ ਆ ਮਿੰਬਰ ਤੇ ਰਸੂਲ ਬੈਠਾ ਹੋਇਆ ਵੱਤ ਪਤਾ ਲੱਗਿਆ ਮੰਗਾ ਕਹਿ ਦਿੱਤਾ ਕਹਿ ਬਈਆ ਫਰਮਾਉਂਦੇ ਹਨ ਚਾਦਰ ਬੀਵੀ ਮੰਗਿਆ 18 ਭੇਰਾ ਜੀਂਦੇ ਹੋਏ ਨਾ ਪਤਾ ਲੱਗਿਆ ਜੋ ਧੀ ਅਲੀ ਦੀ ਮੰਗੀ ਕਿਹੜੀ ਸ਼ਹਿਰ ਭੇਰਾਵਾਂ ਦਿੱਤੀ ਕਿਹੜੀ ਇੱਜ਼ਤਦਾਰਾਂ ਕੋ ਇੱਜ਼ਤਦਾਰਾਂ ਦੀ ਇੱਜ਼ਤ ਦਾ ਪਤਾ ਹੁੰਦਾ ਜੇ ਤਈ ਨਹੀਂ ਬੈਠੀ ਭੇਰਾ ਖੜੇ ਰਹਿਣ ਭਾਈ ਭੇਰਾ ਨਹੀਂ ਸਿਰਫ ਇਮਾਮੈਨ ਖੜੇ ਰਹਿਣ ਇਹ ਭੇਰਾਵਾਂ ਦੀਆਂ ਕੁਰਸੀਆਂ ਸਾਹਮਣੇ ਭੇਣੀ ਸਭ ਤੋਂ ਪਹਿਲੇ ਬਾਬੇ ਤਾਂ ਪੁੱਛਸ ਮੇਰੇ ਬਾਬੇ ਤੋਂ ਖੈਰ ਏ ਹਸਨ ਦੇ ਦੁਆ ਕੀਤੀ ਕਰ ਸ਼ਾਲਾ ਪਿਓ ਦੀ ਪੂਰੀ ਉਤਰੀ ਜ਼ਮਾਨਾ ਤੇਰੇ ਪਿਓ ਦਾ ਦੁਸ਼ਮਣ ਜਿਹਨਾਂ ਦਾ ਨਾਨਾ ਤੇ ਅੰਮਾ ਟੁਰ ਗਏ ਲੋਕਾਂ ਸਾਡੇ ਬਾਬੇ ਕੋ ਇੱਕ ਸੁੱਖ ਦਾ ਸਾਹ ਨਹੀਂ ਗਿਣਦਾ ਗਿਣਾ ਦਿੱਤਾ ਨੇ ਬਾਬਾ ਹਾਏ
ਬਾਬੇ ਦੀ ਅਫੀਅਤ ਪੁੱਛੀਏ ਹਸਨੈਨ ਬੇਦਿਨ ਅੱਬਾਸ ਤੋਂ, ਜਨਾਬੇ ਅੱਬਾਸ ਨੇ ਦਿਨ ਮੁਹੰਮਦ ਦੀ ਹਨਫੀਅਤ ਉਹ ਜਿਹੜੀ ਸਾਹਮਣੇ ਬੈਠੀ ਹੈ ਨਾ ਹੋਏ ਬੇ ਬਤੂਲ। ਹਸਨ ਦੇ ਪਾਸੇ ਦੇਖ ਕੇ ਕਹਿੰਦੀ ਵੀਰ ਤੁਸੀਂ ਮੇਰੇ ਨਾਲ ਕੋਈ ਗੱਲ ਕਰਨਾ ਚਾਹੁੰਦੇ ਹੋ, ਮੇਰੇ ਹਯਾਤ ਤੋਂ ਚੁੱਪ। ਬਾਦਸ਼ਾਹ ਫਰਮਾਨ ਆਲੀ ਆ ਗੱਲ ਕਰਨੀ ਹੈ, ਕਰਨੀ ਤੇਰੇ ਹਿੱਸੇ ਦੇ ਭਰਾ ਹੁਸੈਨ। ਸ਼ਬੀਰ ਜਿਹੜੀ ਗੱਲ ਕਰਨੀ ਹੈ ਭੇਣ ਦੇ ਇਹਤਰਾਮ ਵਿੱਚ ਹੁਸੈਨ ਉੱਠੀ ਖੜੇ। ਭੇਣ ਦੇ ਪਾਸੇ ਦੇਖ ਕੇ ਕਹਿੰਦੇ ਹੁਕਮ ਬਾਬੇ ਦਾ ਸਨੀਆ ਮੈਂ ਪੀਆ ਦੇ। ਬਾਬਾ ਪਿਆ ਦਈ ਇੱਕ ਦਫਾ ਕੂਫਾ ਆ, ਸਾਰਾ ਨਹੀਂ ਰੋ ਅਗਲਾ ਲਫ਼ਸ ਵੱਡੇ ਹੁਸੈਨ ਦੇ ਗੱਲ ਬਾਈ ਪਾ ਕੇ ਦੀ ਗੱਲ ਇਹੋ ਕੁਝ ਕਰਨੀ ਆ ਵਿੱਚ ਸ਼ਰਮਾਂਦਾ ਬੈਠਾ। ਇਹ ਕੂਫਾ ਹੈ ਤੇਰੇ ਪਿੱਛੋਂ ਵੰਡਣਾ ਪਿਆ ਸ਼ਾਮ ਵੈਸਾ। ਬਿਸਮਿਲਲਾ ਕਰਾਂ ਭਾਈ ਲੱਖ ਦਫਾ ਬਾਬਾ ਹੁਸੈਨ ਕੂਫਾ ਬਹੁਤ ਜੀ ਅਸਫਰ ਹੈ ਕਿਹੜੀ ਸ਼ਹਿਰ ਦੇ ਵਿੱਚ ਗਰੀਬ ਆ ਦੇ ਮਹਿਮਲ ਯਕੀਨ ਕਰ ਵੰਨੇ ਮੇਰਾ ਦੇ ਪਾਸ ਦੇ ਕੇ ਆਦੀ ਮਹਿਮਲ ਕੀ ਹੋ ਜਾਏ ਹੁਣ ਤੂੰ ਜੋ ਨਾ ਰੋਣਾ ਡਿੱਠੀ ਹੋਇਆ ਨੇ। ਬਿਸਮਿਲਲਾ ਕਰਾਂ ਬਾਬਾ ਉੱਠ ਦੀ ਕਣ ਤੇ ਪਲਾਨ ਪਲਾਨ ਤੇ ਕਚਾਵਾ ਉੱਤੇ ਪਰਦੇ ਬਨਸੋ ਵਿੱਚ ਤੂੰ ਸਭਾ ਸੋ ਗਾਜ਼ੀ ਮਹਾਰ ਨ ਪੈ ਸੀ ਕੋ ਮਹਿਮਲ ਬੀਬੀ ਆਦੀ ਤੇ ਵੱਡੀ ਇੱਜ਼ਤ ਵਾਲੀ ਸਵਾਰੀ ਬਾ ਪਰਦਾ ਸਵਾਰੀ ਹੈ ਮੇਰੀ ਸ਼ਾਨ ਦੇ ਮੁਤਾਬਿਕ ਹੈ ਤੇਰੇ ਪਿੱਛੋਂ ਕਦਾ ਮੰਨਣਾ ਪਿਆ ਬਿਨ ਪਲਾਣੇ ਉੱਠ ਦੀ ਕੰਢ ਤੇ ਵੈਸੇ ਮੇਰੇ ਤੇ ਇੱਕ ਮਿੰਨਤ ਲਾ ਗਾਜ਼ੀ ਕੋ ਆਖ ਮਹਿਮਲ ਬਣਾ ਕੇ ਵੱਡੀ ਹਵੇਲੀ ਘੇਲਾ ਵੇਲੋ ਮੈਂ ਡਿੱਠੇ ਹੋਏ ਕੋਣੇ ਅਮਾ ਫਿਜ਼ਾ ਕੋ ਆਖਸਾਂ ਮੈਂ ਕੋ ਮਹਿਮਲ ਵਿੱਚ ਮਹਾਨ ਸਿੱਖਿਆ ਸੀ ਜਿਹੜੇ ਦੀ ਦਾ ਆ ਗਈ ਤੁਸਾਂ ਨਾ ਖਾਏ ਮੈਂ ਆਖਸਾਂ ਤਿਆਰੀ ਕਰ ਅਦਨ ਪੂਰੇ ਤ੍ਰੈ ਨਹੀਂ ਗਾਜ਼ੀ ਉੱਠ ਬਲਾਵਿਆ ਜ਼ਾਨੂ ਵਧਾਵਿਆ ਫਿਰਾ ਦੇ ਜ਼ਾਨੂ ਤੇ ਕਦਮ ਰੱਖ ਕੇ ਮੁਸਾਫਰ ਹੈ ਸ਼ਾਮ ਮਹਿਮਲ ਇੱਛਾ ਔਰ ਕਦਮ ਉੱਠ ਟੁਰੇ ਨਾ ਬਾਬਾ ਗਾਜ਼ੀ ਉੱਠ ਬਲਾਵਿਆ ਬੀਬੀ ਲਾਵਿਆ ਚੌਥੇ ਦੀ ਗਾਜ਼ੀ ਦੇ ਜਨਾਬੇ ਫਿਜ਼ਾ ਦੇ ਗੱਲ ਬਈ ਪਾ ਕੇ ਦੀ ਅੱਬਾਸ ਕੋ ਆਖ ਤਿਆਰੀ ਕਰਨ ਮਹਿਮਲ ਇੱਛ ਮਾਹਣ ਦੀ ਦਾਜ ਮੈਂ ਪੁਆ ਗਈ ਅਲਮਾਨ ਤਿਆਰੀਆਂ ਹੋ ਗਈਆਂ ਬੀਬੀ ਮਹਿਮਲ ਚ ਬਹਿ ਗਈ ਸਫ਼ਰ ਜਾਰੀ ਹੋ ਗਿਆ ਸਤਾਰਾਂ ਭਰਾ ਨਾਲ ਜ਼ਿੰਦਗੀ ਚ ਸਹਿਣ ਦੇ ਸਫ਼ਰ ਇੰਤਰਾਏ ਬਾਬਾ ਇਹ ਪਹਿਲਾ ਸਫ਼ਰ ਹਾਏ ਚੁੱਪ ਕਰ ਗਏ ਹੋ ਪਹਿਲਾ ਸਫ਼ਰ ਹੈ ਮਦੀਨੇ ਤੋਂ ਇੱਕ ਮੀਲ ਦੇ ਫਾਸਲੇ ਤੇ ਆਦੀ ਅੰਮਾ ਗਾਜ਼ੀ ਕੁਆ ਫੁੱਟ ਬਹਾਵੇ ਥੱਕ ਪਈਆ ਹੈ ਤੇਰੇ ਬੱਚੜੇ ਜਿਵੇਂ ਨਾ ਸਦਕਾ ਹੁਸੈਨ ਦਾ ਅੱਜ ਦੇ ਨੀਂਹ ਦੇ ਸਦਕੇ ਵਸਦੇ ਰਹੋ ਮੋਮਨੋ ਬਹੁ ਰਿਸਕ ਦੇਵੇ ਮੇਰਾ ਅੱਲਾ ਆਜ਼ਰ ਭਾਈ ਜਿਤਨੇ ਆਏ ਉਹ ਅੱਲਾ ਵਸੀਤ ਰਿਸਕੇ ਹਲਾਲ ਅਤਾ ਫਰਮਾਵੇ ਇਹਨਾਂ ਦੇ ਇਸ ਤਾਂ ਪਰਦੇ ਸਲਾਮਤ ਹੋਵੇ ਬੀਬੀ ਦੀ ਇੱਜ਼ਤ ਦਾ ਸਦਕਾ ਹਾ ਬਾਤ ਤੈ ਮਨਾਜ਼ਲ ਦੇ ਕੂਫਾ ਦੇ ਬਹਿਰ ਖੇਮੇ ਨਾ ਸਭ ਹੋ ਗਏ ਮਸਲਦਾਂ ਵਿੱਚ ਗਈਆਂ ਤੇ ਬੀਬੀ ਬਹਿ ਭਜਨ ਜਨਾਬੇ ਅੱਬਾਸ ਤੇ ਜਨਾਬੇ ਮੁਹੰਮਦ ਹਨਫੀਆ ਕੋ ਇਮਾਮ ਹਸਨ ਹੁਕਮ ਦਿੱਤਾ ਵੰਨੋ ਬਾਬੇ ਕੋ ਦੱਸੋ ਕਾਫੀ ਜ਼ਵਾਰ ਬੈਠੇ ਮਿਹਰਾਬ ਮਸਜਿਦ ਚ ਮਿੰਬਰ ਏ ਅਲੀ ਮਿੰਬਰ ਤੇ ਬੈਠੇ ਖਚਾ ਖਚ ਮਸਜਿਦ ਕੂਫਾ ਭਰੀ ਹੋਈ ਖੁਤਬਾ ਪੈ ਦਿੰਦੇ ਨੇ ਅੱਬਾਸ ਤੇ ਮੁਹੰਮਦ ਹਨਫੀਆ ਦੇ ਕਦਮ ਮਸਜਿਦ ਚ ਆਇਨ ਭਾਵੇਂ ਜੋ ਅਲੀ ਆਈ ਮਿੰਬਰ ਛੋੜ ਦਿੱਤਾ ਚਾਚਾ ਸਾਈਂ ਇਮਾਮ ਹੀ ਹੈ ਬਾਪ ਹੀ ਹੈ ਸਤਾਰਾਂ ਕਦਮ ਅੱਗਾਂ ਵੱਧ ਕੇ ਗਾਜ਼ੀ ਦੇ ਗੱਲ ਬਈ ਪਈਆਂ ਨੇ ਪਛਾਣੀ ਚੁੰਮੀ ਇਸ ਕੰਨ ਚ ਪੁੱਛਸ ਆ ਗਈ ਬਿਸਮਿਲਲਾ ਕਰਾਂ ਬਾਬਾ ਗਾਜ਼ੀ ਆ ਦੇ ਆ ਗਏ ਮਾਲਕ ਅਸ਼ਤਰ ਜੀ ਤੂੰ ਚਾਰ ਸਿਪਾਹੀ ਨਾਲ ਲਾ ਸ਼ਹਿਰ ਚ ਮਨਾਦੀ ਕਰ ਬਾਜ਼ਾਰ ਬੰਦ ਕਰਾ ਦੁਕਾਨਾਂ ਬੰਦ ਕਰਾ ਘਰ ਬੰਦ ਕਰਾ ਦਰ ਬੰਦ ਕਰਾ ਕੋਈ ਔਰਤ ਅੱਜ ਮਕਾਨ ਦੀ ਛੱਤ ਤੇ ਨਾ ਹੋਵੇ ਕੋਈ ਬੱਚਾ ਬਾਜ਼ਾਰ ਵਿੱਚ ਨਾ ਹੋਵੇ ਪਾਤਸ਼ਾਹ ਵਜਾ ਕੇ ਫਰਮਾਨ ਮੇਰੀ ਧੀ ਆ ਗਈ ਲੋਕਾਂ ਦੀ ਮਿਹਨਤ ਕਰ ਅਲੀ ਮਿਹਨਤ ਪਿਆ ਕਰੇਂਦਾ ਬਈ ਅੱਜ ਜਿਵੇਂ ਮੈਂ ਆਖਾਂ ਇੰਨੇ ਇਸਤਕਬਾਲ ਕਰੋ ਕੱਲ੍ਹ ਭਰਜਾਈਆਂ ਦੇ ਰਲਿਆ ਸੀ ਕੱਲ੍ਹ ਮਰਜ਼ੀ ਚੱਕਰਾਏ ਬਿਸਮਿਲਲਾ ਕਰਾਂ ਬਾਬਾ ਮਨਾਉਂਦੀਆਂ ਫਿਰ ਗਈਆਂ ਅਲੀ ਘੋੜੇ ਤੇ ਸਵਾਰ ਪਿੱਛੋਂ ਬਛੜੇ ਇਹਦਾ ਇੱਜ਼ਤ ਅਲਾ ਮੇਰਾ ਇਮਾਮ ਜੋ ਰਸੂਲ ਦੇ ਦੂ ਪੁੱਤਰ ਰੱਖਾ ਬਨ ਪੀ
ਅਲੀ ਜ਼ੀਨ ਛੋੜੀ, ਪੁੱਤਰਾਂ ਕੋ ਮਿਲਣ ਕੁਰਸੀ ਤੇ ਬਹਿ ਗਏ ਨੇ, ਇੱਕ ਇੱਕ ਕੁਲ ਹਾਲ ਚਾਹਿਆ ਨੇ ਸਫ਼ਰ ਦਾ। ਜਿਹੜਾ ਜ਼ਿੰਦਗੀ ਚ ਨਹੀਂ ਉਹਨਾਂ ਬੰਦਾ ਮੇਰੇ ਦੇਖੇ ਹੁਸੈਨ ਜੀ ਬਾਬਾ ਮਿੰਨਤ ਲਾ ਬਾਬਾ ਹੁਕਮ ਫਰਮਿੰਦਨ ਆਲੀਆ ਦੇ ਖੈਮੇ ਚ ਵਾਂਜੋ ਕੁਆਖ ਬਾਬਾ ਤੇਰੇ ਖੈਮੇ ਦੇ ਬਹਿਰਾਇਆ ਬੈਠੇ ਪੁੱਛਦਾ ਬੈਠੇ ਇਜਾਜ਼ਤ ਹੈ ਲੱਗਾ ਵਾ ਇਹਨਾਂ ਗੱਲ ਹੀ ਦੇਰ ਨਾ ਕਰ। ਛੇਵਾਂ ਇਮਾਮ ਅਦੇ ਯਕੀਨਨ ਸਾਰੇ ਮੰਨਣ ਵਾਲੇ ਜਿਹੜਾ ਸਾਡੀ ਇੱਜ਼ਤ ਸੁਣ ਕੇ ਰੋਂਦੇ ਤੇਰੀਆਂ ਪੂਰੀਆਂ ਉਤਰੇ ਨੇ ਬਾਬਾ ਧੀਆਂ ਦੇ ਪਰਦੇ ਆਉਂ ਹੁਸੈਨ ਦੇ ਬਾਬਾ ਕੋਈ ਪਰਦੇ ਆਦੇ ਪਰਦਾ ਨਹੀਂ ਸ਼ਰਮ ਬਹੁ ਕਰੇਂਦੀ ਤੇ ਹੁਸੈਨ ਤੂੰ ਤਾਂ ਜਾਣਦਾ ਹੈ ਜਹਿੰਦੇ ਖੈਮੇ 'ਚ ਇਜਾਜ਼ਤ ਮੈਂ ਪਿਆ ਮੰਗਦਾ ਕੱਲ੍ਹ ਤੇਰੇ ਕਾਤਲਾਂ ਕੋਈ ਨਹੀਂ ਮੰਗਣੇ ਹਾਏ ਚੁੱਪ ਕਰ ਗਏ ਹੁਸੈਨ ਅੰਦਰ ਨਾਲੀਆ ਭੈਣ ਬਾਬਾ ਆ ਗਈ ਤੜਪ ਕੇ ਉੱਠੀ ਆਦੀ ਜਿਤਨਾ ਜਲਦੀ ਹੁੰਦਾ ਹੀ ਸਰ ਸ਼ਬੀਰ ਜਿਹੜੇ ਨਹੀਂ ਦੀ ਮਦੀਨੇ 'ਚ ਦੁਰੀਆਂ ਮਰਾਂ ਲੈ ਗਏ ਤੂੰ ਇਮਾਮ ਹੈ ਯਕੀਨਨ ਜਾਣਦਾ ਉਸ ਸੱਤਵੀਂ ਰਾਤ ਅੰਮਾ ਮੇਰੇ ਖਾਬ ਵਿੱਚ ਆਉਂਦੀ ਹੈ ਮੇਰੀ ਚਾਦਰ ਚਮਕਿਆ ਦੀ ਹੈ ਵਹਿੰਦੀ ਪਈ ਸ਼ਰਮਾ ਲੀਏ ਸ਼ਰਮ ਨ ਕਰੇ ਰਾਜ ਰਾਜ ਦੇਖੇ ਯਤੀਮੀ ਦੀ ਮੌਸਮ ਆ ਗਈ ਵੀ ਬਿਸਮਿਲਾ ਕਰਨਾ ਚਾਹੁੰਦਾ ਸੀ ਕੁਝ ਲੋਕ ਇਤਰਾਜ਼ ਕਰਦੇ ਨੇ ਜ਼ਾਕਿਰ ਆਦਨ ਅਲੀ ਦੀ ਧੀ ਪਰਦਾ ਕਰਨ ਦੀ ਅਲੀ ਤੂੰ ਬਾਬਾ ਪਰਦਾ ਨਹੀਂ ਸ਼ਰਮ ਸਾਹਮਣੇ ਨਹੀਂ ਆਉਂਦੀ ਹੈ ਸੱਚ ਹੁਣ ਵੀ ਧੀਆਂ ਪੀਵਾਂ ਦੇ ਸਾਹਮਣੇ ਸ਼ਰਮਾ ਵਾਲੀਆਂ ਨਹੀਂ ਆਉਂਦੀਆਂ ਅਤੇ ਧੀਆਂ ਦੇਖਦੀਆਂ ਸੀ ਆਦਾ ਇਨ ਪੀਵਾਂ ਅੰਦਰ ਵਲਖਲ ਸਨ ਥਰੀ ਲੈਟ ਛੁਕਲੇ ਸਨ ਬਹਿਰ ਪੀਓ ਬੈਠਾ ਸੀ ਜੇ ਤੇ ਬੈਠਾ ਰਹਾ ਸੀ ਧੀ ਦੇਂਦੀ ਰਹਾ ਸੀ ਕੂੜ ਮਾਰੀ ਖਾਣਾ ਅਲੀ ਦੀ ਧੀ ਵੀ ਮੈਂ ਦੇਦੀ ਰਹਿੰਦੀ ਹੈ ਯਾਰ ਸ਼ਰਮਾਉਂਦੀਆਂ ਧੀਆਂ ਸ਼ਰਮਾਉਂਦੀਆਂ ਭਜਨ ਪਿਓ ਗਰੀਬ ਹੋਵੇ ਨਾ ਤੇ ਪੁੱਤਰ ਜਾਣਦਾ ਹੋਵੇ ਗਰੀਬ ਹੈ ਬਾਜ਼ਾਰ ਪਿਆ ਵੈਂਦਾ ਹੋਵੇ ਅਕਸੀ ਮੇਰਾ ਜੋੜਾ ਆਣੇ ਈਦ ਆ ਗਈ ਤੇ ਧੀ ਦਾ ਪਿਓ ਅਮੀਰ ਹੋਵੇ ਉਹ ਕੋ ਪਤਾ ਹੋਵੇ ਹਰ ਸ਼ੈ ਅੱਲਾ ਦਾ ਦਿੱਤਾ ਬਹੁਏ ਤੇ ਪਿਓ ਬਾਜ਼ਾਰ ਪਿਆ ਵੈਂਦਾ ਹੋਵੇ ਪੁੱਛੇ ਬਚੜਾ ਕਿਸੇ ਆਣਾ ਆਖਸੀ ਤੂੰ ਖੈਰ ਨਾਲ ਵੱਲੇ ਹਰ ਸ਼ੈ ਹੈ ਧੀਆਂ ਦੇ ਹੁਣ ਸ਼ਰਮ ਅਲੀ ਅੰਦਰ ਆਏ ਧੀ ਤਲੀਆਂ ਟੇਕ ਕੇ ਉੱਠੀ ਆਦੀ ਅੰਮਾ ਫਿਜ਼ਾ ਮੇਰੇ ਅੱਗੋਂ ਵਾਲਾ ਮੇਰੇ ਕੋ ਸ਼ਰਮ ਬਹੁਆ ਹਾਏ ਫਿਜ਼ਾ ਦੀ ਕੰਡ ਦਾ ਓਲਾ ਕਰਕੇ ਸਰ ਝੁਕਾਇ ਸ਼ਫੀਕ ਪਿਓ ਸ਼ਰੀਫ ਧੀਆਂ ਦੇ ਸਰਾਂ ਤੇ ਸ਼ਫਕਤ ਦੇ ਬਾਬਾ ਹੱਪੇ ਠੱਡਾ ਸਾਹ ਭਰ ਕੇ ਦੇ ਆਲੀ ਆ ਗਈ ਆਦੇ ਬਾਬਾ ਤੇਲਾ ਜੋ ਹੁਕਮ ਆਈ ਤੇਰੀ ਸ਼ਰਾਫਤ ਦੀ ਕਸਮ ਮੈਂ ਥੱਕ ਪਈਆਂ ਹਾਏ ਅਬਾਸ ਉੱਠ ਬਲਹਾ ਗਾਜ਼ੀ ਉੱਠ ਬਲਹਾਇਆ ਜ਼ਾਨੂ ਅਬਾਸ ਵਧਾਇਆ ਜੋ ਆਲੀਆ ਕੋ ਸਵਾਰ ਕਰਾਂ ਅਲੀਆ ਦੇ ਹੱਟ ਵੰਨ ਮੈਂ ਆਪ ਕਰੇ ਪਿਓ ਦੇ ਜ਼ਾਨੂ ਤੇ ਕਦਮ ਰੱਖ ਕੇ ਮਹਿਮਲ 'ਚ ਬੈਠੀ ਜਿਹੜੇ ਬਜ਼ੁਰਗ ਬੈਠੀ ਹੋ ਜਿਹਨਾਂ ਮਹਿਮਲ ਡਿੱਠੇ ਹੋਏ ਜਿਹਨਾਂ ਸ਼ਰੀਫ ਜ਼ਾਦੀਆਂ ਮਹਿਮਲਾਂ 'ਚ ਬਾਂਧੀਆਂ ਡਿੱਠੀਏ ਗਾਜ਼ੀ ਮਹਾਰ ਨੱਪ ਕੇ ਚੁਰਨ ਲੱਗੇ ਅਲੀਆ ਦੇ ਗਾਜ਼ੀ ਮਹਾਰ ਮੈਕੂ ਦੇ ਕਿਆ ਮਜ਼ਾ ਲੈ ਜੋ ਅਬਾਸ ਨਾ ਦੇਵੇ ਬਾਬਾ ਅਦਬ ਦਾ ਸਰ ਝੁਕਾ ਕੇ ਦੇ ਪਿਓ ਦੇ ਹੱਥ 'ਤੇ ਰੱਖੀ ਇਸ ਮਹਾਰ ਇਹ ਬਜ਼ੁਰਗ ਬੈਠੇ ਨੇ ਤਾਈਦ ਕਰੇ ਸਨ ਨਾ ਮਹਾਰ ਹੀ ਡਿੱਠੇ ਹੋਏ ਹਾਏ ਮਹਾਰੀ ਹੱਥ 'ਚ ਮਹਾਰ ਨੱਪ ਕੇ ਵੀ ਟੁੱਟਦੇ ਜਿਹੜਾ ਵੱਡਾ ਮਹਾਰੀ ਉਹ ਸੀ ਉਹ ਕਮਰ ਨਾਲ ਬਣ ਸੀ ਆਦਨ ਅਲੀ ਅਲੈਹ ਸਲਾਮ ਕਮਰ ਨਾਲ ਮਹਾਰ ਬੱਧੀ ਹੱਸਾ ਨੀਵੇਂ ਆਏ ਜਿਵੇਂ ਝਿੱਕ ਤੋਂ ਪਾਣੀ ਆਉਂਦਾ ਹੱਥ ਚੁਮਕਿਆ ਦੇ ਬਾਬਾ ਕੂਫੇ ਦੇ ਲੋਕ ਕੇ ਆਖਸਨ ਸਤਾਰਾਂ ਪੁੱਤਰਾਂ ਦੇ ਹੋਂਦੇ ਮਹਾਰਾ ਨੱਪੀ ਵੱਧ ਪੁੱਤਰ ਦਾ ਮੂੰਹ ਚੁਮਕਿਆ ਦੇ ਮਹਾਰ ਦੇ ਕੁੱਤਾ ਦੇ ਬੈਠੀ ਕੌਣ ਹੈ ਜਿਹੜੀ ਮਹਿਮਲ 'ਚ ਬੈਠੀ ਹੈ ਜ਼ਿੰਦਗੀ ਅੱਛੀ ਦੇ ਕਈ ਮਹਾਰੀ ਬਦਲ ਰਹੇ ਵਾਹ 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 ਵਸਦੇ ਆਬਾਦ ਮੁਲਤਾਨ ਵਾਲੇ ਤੇਰੇ ਬਾਬੇ ਦਾ ਦਿਲ ਹੈ ਇਹਦੇ ਮਹਾਰੀਆਂ 'ਚ ਮੇਰਾ ਨਾਂ ਦਰਦ ਥੀ ਭਜਨ ਮਹਾਰ ਬਨ ਕੇ ਅਲੀ ਟੁਰ ਪਏ ਚੱਜ ਸਿੰਘ ਜੂੰ ਜੂੰ ਕੂਫਾ ਕਰੀਬ ਆਉਂਦਾ ਪੈਂਦਾ ਅਲੀ ਰੋਂਦਾ ਸੈਂਤੀ ਮੁਰੱਬਾ ਮੀਲ ਤੇ ਮੁਸ਼ਤਮਿਲ ਹਾਵੇ ਮੇਲੇ ਕੂਫਾ ਹੁਣ ਤਾਂ ਬਰਬਾਦ ਹੋ ਗਈ ਹੈ ਜ਼ਬਾਰ ਬੈਠੇ ਨੇ ਚਾਰ ਘਰ ਇਕੱਠੇ ਸੋਹਣੇ ਕੋਈ ਨਹੀਂ ਖਾ ਗਈ ਹੈ ਮੁਸਾਫਰ ਹੈ ਸ਼ਾਮ ਦੀ ਬਦਦੁਆ ਕੂਫਾ ਕੋ ਚੱਜ ਸਿੰਘ ਜਿਹੜਾ ਕੈਦਾਂ ਨਿਭਾ ਕੇ ਵੱਲ ਆਈ ਨਾ ਬੀਬੀ
ਮਦੀਨੇ ਦੀਆਂ ਵਸਤੀਆਂ ਆਵੇ ਨਾ ਫੇਰ ਚੁੰਮ ਕੇ ਆਖੇ ਨਾ ਜ਼ੁਲਮ ਕਿੱਥਾ ਥੈ ਨੀ ਜ਼ਿਆਦੇ ਤ੍ਰੈ ਦਫ਼ਾ ਦੀ ਆਈ ਸ਼ਾਮ ਅਸਾਂ ਸੁਣਿਆ ਸ਼ਾਮ ਕੋ ਦੁਆ ਕੀਤੀ ਆਈ ਆਦੀ ਸੱਚ ਬੀਬੀ ਜ਼ੁਲਮ ਸ਼ਾਮ ਵਾਲਾ ਦੁਆ ਸ਼ਾਮ ਕੋ ਆਦੀ ਧੀ ਦੇ ਸਾਹਮਣੇ ਨਾ ਕੂਫੇ ਕੋ ਬਦੁਆ ਬੀਬੀ ਆਦੀ ਕੀਤੀਆਂ ਸਹਿਣ ਜ਼ੁਲਮ ਸ਼ਾਮ ਵਾਲਾ ਜ਼ਿਆਦੇ ਕੀਤੇ ਬੀਬੀ ਆਦੀ ਸ਼ਾਮ ਵਾਲਾ ਜ਼ੁਲਮ ਕੀਤੇ ਮੈਂ ਕੋ ਜਾਣਦੇ ਨਹਿਣ ਜੋ ਮੈਂ ਕਹਾਂ ਕੂਫੇ ਚੁਨਾ ਮਸਤੂਰਾ ਮੈਂ ਕੋ ਪੱਥਰ ਮਾਰਿਆ ਜਿਹੜੀਆਂ ਮੇਰੇ ਘਰ ਬਰਤਨ ਧੋਦੀਆਂ ਹਨ ਬਿਸਮਿਲਾ ਕਰਾਂ ਬਾਬਾ ਬਿਸਮਿਲਾ ਕਰਾਂ ਬਿਸਮਿਲਾ ਪਹਿਲੀ ਗਲੀ ਅਲੀ ਰੁਨਣ ਦੂਜੀ ਗੁੱਲੀ ਚ ਰੁਨਣਾ ਹੈ ਤੀਜੀ ਗਲੀ ਚਾਦਨ ਦੀਵਾਰ ਦੀ ਠੇਕ ਮਾਈ ਲੱਗੀ ਸਦਕੇ ਫਿਜ਼ਾ ਦੀ ਆਲੀ ਦੁਆ ਮੰਗ ਬਾਬਾ ਰੋਂਦਾ ਅਦੀ ਅੰਮਾ ਬਾਬੇ ਕੋ ਆਖਸ਼ਾਲਾ ਕਦਾ ਹਨ ਰੋਵੇ ਓ ਮੀਰ ਅਲ ਮੋਮਿਨੀਨ ਬਾਬਾ ਧੀ ਪੁੱਛਦੀ ਆਈ ਰੋਂਦਾ ਕਿਉਂ ਹੈ ਬਧੇਰਾ ਮੈਨ ਬੱਚੇ ਠੀਕ ਹੈ ਸਦਕੇ ਥੀ ਪੋਵਾਂ ਫਿਜ਼ਾ ਹਕਲ ਮਾਂ ਔਰ ਕਿਆ ਦੀ ਯਾਰੀ ਜੀ ਫਿਜ਼ਾ ਭੇਣ ਧੀ ਪਈ ਪੁੱਛਦੀ ਆਈ ਸ਼ਲਾ ਕਦਾ ਨ ਰੋਵੇ ਬਾਬਾ ਜਿਹੜੇ ਧੀਆਂ ਵਾਲੇ ਬੈਠੇ ਅਲੀ ਮਹਾਰ ਛੋੜ ਦਿੱਤੀ ਅੱਲਾ ਗਵਾ ਕੰਧਾ ਆਸਰਾ ਛੋੜਸ ਧੀ ਦੇ ਮਾਮਲ ਦੇ ਪਾਸਰੇ ਕਿਆ ਦੇ ਆਲੀਆ ਜੀ ਬਾਬਾ ਫਰਮਿੰਦਰ ਬਾਜ਼ਾਰ ਬੰਦ ਦਰਬਾਰ ਬੰਦ ਗਲੀਆਂ ਬੰਦ ਘਰ ਬੰਦ ਪੱਖੀਆਂ ਦੀ ਜ਼ਰੂਰਤ ਨਹੀਂ ਕੂਫੇ ਦੀ ਫਿਜ਼ਾ ਤੂੰ ਪਰ ਮਾਰ ਆਦੀ ਬਾਬਾ ਹੁਕਮ ਕਰ ਅਲੀਆ ਦੇ ਪਰਦਾ ਹਟਾ ਸੱਜੇ ਦੇਖ ਨਸਰਾਨੀ ਰਹਵੇ ਵਾਹ 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 ਬੀਵੀ ਚੁੱਪ ਕਰ ਗਈ ਨੂੰ ਕਦਮ ਜਾ ਗਿਆ ਦੇ ਖੱਬੇ ਦੇਖ ਬਣੀ ਤਮੀਮ ਦਾ ਮਹੱਲਾ ਹੀ ਸਾਹਮਣੇ ਦੇਖ ਬਣੀ ਸਕੀ ਫਰਾਂ ਤੂੰ ਚੁੱਪ ਕਰ ਗਈ ਹੈ ਜ਼ਿਕਰ ਗਵਾਏ ਅੱਠਵੀਂ ਗਲੀ ਚਲੀ ਬਹਿਕ ਟੁਲਈ ਅਦਿਆਲੀ ਅਧੀਵਾ ਔਰ ਨਾ ਦੇਖਿਓ ਬਾਜ਼ਾਰ ਜਿੱਥੇ ਪਰਦਾਦਾਰ ਬਹਿ ਬਹਿ ਕਟੁਲ ਵਾਹ 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 ਸਾਹਮਣੇ ਦੇ ਕੂਫੇ ਦਾ ਸਦਰ ਬਾਜ਼ਾਰ ਸਜੇ ਪਾਸੇ ਦੇਖੇ ਉਹ ਦਰਵਾਜ਼ਾ ਇੱਥੇ ਕੋਈ ਮੁਸਾਫਿਰ ਮਾਰਾ ਬੰਨੇ ਸਮਝਾਇਆ ਕਈ ਕਈ ਮਹੀਨੇ ਉਹਦਾ ਸਰ ਈ ਦਰਵਾਜ਼ੇ ਤੇ ਲਟਕਾ ਲਿਆ ਰਾਜ ਨੀ ਆਦੀ ਬਾਬਾ ਆਪਣੀਆਂ ਸੁਣਾਈਆਂ ਨੀ ਮੇਰੀ ਸੁਣ ਦਰਬਾਰ ਬਾਜ਼ਾਰ ਪੁੱਤਰਾਂ ਕੋਲ ਸੀਨ ਮੈਂ ਧੀਆਂ ਅਲੀ ਅੱਜ ਮੇਰੀ ਧੀ ਅੱਜ ਧੀ ਬਣ ਕੇ ਆਈ ਏ ਕੱਲ ਪੁੱਤਰ ਬਣ ਕੇ ਆਸੇ ਸਈਆ ਦਾਦੇ ਅੱਜ ਮੇਰੇ ਨਾਲ ਕੱਲ ਭਰ ਜਾਈਓ ਨਾਲ ਅਲਹਮਦੁਲਿਲਾ ਬਾਈ ਭਾਈ ਆ ਗਈ ਅਲੀ ਦੇ ਘਰ ਦਾ ਦਰ ਜਿਹੜੇ ਸਵਾਰ ਬੈਠੇ ਹੋ ਉੱਠ ਬਹਿ ਗਏ ਬੀਬੀਆਂ ਲਹਿ ਪਈਆਂ ਹਾਏ ਗਾਜ਼ੀ ਦੀ ਮਾਂ ਇਸਤਕਬਾਲ ਕੀਤਾ ਸੈਣੀ ਬਿਸਮਿਲਾ ਮਾਂ ਬਿਸਮਿਲਾ ਨਾ ਲੈ ਸਾਉ ਹੁਜਰਾ ਚ ਬਹੋ ਤਸ਼ਰੀਫ ਰੱਖੋ ਚਾਚਾ ਸਈ ਸਾਰੀਆਂ ਬੀਬੀਆਂ ਬੈਠੀਆਂ ਨੇ ਘਰ ਤਾਂ ਤੁਸੀਂ ਡਿੱਠੇ ਦਰਮਿਆਨ ਛੋਟੀ ਜਿਹੀ ਗੱਲੀ ਜਿਵੇਂ ਗਿਰਲੀ ਆਉਂਦੀ ਆਹਮਣੇ ਸਾਹਮਣੇ ਹੁਜਰੇ ਸੁਣੀ ਸੀ ਆਪੇ ਸੁਣਦੇ ਘਰ ਅਲੀ ਆਪਣੇ ਹੱਥਾਂ ਨਾਲ ਤਮੀਰ ਕੀਤੇ ਮੌਲਾ ਦਾ ਸਾਹਬੀ ਏ ਸਾਸਾ ਬਿਨ ਸੁਹਾਨਾ ਅਲੀ ਗਾਲਾ ਕੀਤੀ ਖੜਾ ਰਾਤ ਦੇ ਵੇਲੇ ਪੇਰ ਚੁੰਕਿਆ ਧਈਆ ਅਲੀ ਜੀ ਸਾਸਾ ਲੋਕ ਮਜ਼ਾਕਾਂ ਕਰੇ ਨੇ ਸਾਡਾ ਦਿਲ ਲੁਕਦਾ
ਅਰੀ ਗਾਰ ਕਰਕੇ ਆਪ ਕੰਧਾ ਵਧਾ ਬਣੇ ਦੇ ਸਭ ਇਜਾਜ਼ਤ ਰੇ ਅਸਾਂ ਬਣੇ ਨੇ ਅੱਜ ਕਿਵੇਂ ਇਜਾਜ਼ਤ ਰੇ ਵਾਂ ਇਥਾਂ ਬਤੂਲ ਦੀਆਂ ਧੀਆਂ ਰਾਵਣ ਹੈ ਮਰਜ਼ੀਆਂ ਵਾਲੇ ਵੇ ਭਾਈ ਮਰਜ਼ੀਆਂ ਵਾਲੇ ਵੇ ਅੱਲਾ ਮਾਨ ਹੁਣ ਜਿਹੜੇ ਸਵਾਰ ਉਹ ਮੇਰੀ ਗੱਲਾਂ ਦੀ ਭਾਈ ਤਾਈਦ ਕਰਾਏ ਸਾਰੇ ਪਰਦਾਦਾਰ ਬਹਿ ਗਏ ਚਾਚਾ ਆਲੀਆ ਨਹੀਂ ਬੈਠੇ ਅੰਮਾ ਬਾਬਾ ਸਾਡ ਅਰੀ ਕੰਡ ਕੀਤੀ ਖੜੇ ਆਲੀਆ ਹੁਕਮ ਆਦੀ ਬਾਬਾ ਮੇਰਾ ਕਿਹੜਾ ਹੁਜਰ ਹੈ ਅਰੀ ਆ ਦੇ ਤੂੰ ਮੇਰੇ ਘਰ ਦੀ ਮਾਲਿਕ ਜਿਹੜੇ ਹੁਜਰੇ ਚ ਮਰਜ਼ੀ ਹਾਵੀ ਬਹੇ ਆਦੀ ਬਾਬਾ ਤੇ ਗਾਜ਼ੀ ਦਾ ਕਿਹੜਾ ਹੈ ਜਿਹੜੇ ਸਵਾਰ ਹੀ ਵੇ ਭਾਈ ਅਲੀ ਆਦੇ ਸਾਹਮਣੇ ਵਾਲਾ ਹੁਜਰਾ ਗਾਜ਼ੀ ਦਾ ਹੈ ਬੀਬੀ ਆਦੀ ਗਾਜ਼ੀ ਦੇ ਸਾਹਮਣੇ ਵਾਲਾ ਹੁਜਰਾ ਮਹਿਦੇ ਅਲੀ ਆਦੇ ਹਸਨ ਦੇ ਸਾਹਮਣੇ ਗਿਲ ਆਦੀ ਨਾ ਬਾਬਾ ਹੁਸੈਨ ਵੱਡੇ ਦਾ ਫਿਰਾਈ ਜਿਹਦੇ ਤੁਲਾ ਦਾ ਨਾ ਵਿਸਰੀ ਹੈ ਆਦੀ ਬਾਬਾ ਤੇਰੀ ਸ਼ਰਾਫਤ ਦੀ ਕਸਮ ਪਰਦੇਸ ਗਾਜ਼ੀ ਮੇਰਾ ਮਾਣ ਅੱਲਾ ਮਾਨ ਆਮਣੇ ਸਾਹਮਣੇ ਹੁਜਰੇ ਭਾਈ ਭੈਣ ਭੈਰਾਵਾਂ ਦੇ ਸੱਚੇ ਬਹਿ ਗਈ ਫਿਜ਼ਾ ਇਤਰਾ ਦਿੱਤੀ ਯਾਰੀ ਕੂਫੇ ਦੀਆਂ ਮਸਤੀਆਂ ਆਈਆਂ ਤੇਰੀ ਧੀ ਦੀ ਜ਼ਿਆਰਤ ਦਾ ਇਸ਼ਤਾਕ ਅਲੀਆ ਦੇ ਕਰੋ ਜ਼ਿਆਰ ਕੂਫੇ ਦੀਆਂ ਮਸਤੀਆਂ ਵਧੀਆਂ ਬੀਬੀ ਉੱਠੀ ਅੰਮਾ ਬਾਬੇ ਖੁਆਖ ਮੈਂ ਥੱਕੀ ਆਈਆਂ ਹਾਏ ਨਾਲੇ ਬਾਬੇ ਖੁਆਖ ਮੈਂ ਕੋਈ ਰਸ਼ ਡਿੱਠੀ ਹੋਏ ਯਾਰੀ ਧੀ ਪਿਆ ਦੀ ਨਾ ਕੋ ਘਰ ਵੇਚ ਭਾਵੇਂ ਜੋ ਅਲੀ ਆਈ ਹੱਥ ਬੱਧੀ ਵਧੇ ਮਾਈਆਂ ਘਰ ਵੱਲ ਵੰਨੋ ਮਗਰੇ ਬੈਨ ਪੜ ਕੇ ਵਾਏ ਆਪ ਜ਼ਿਆਰਤ ਕਰਵਾਏ ਸਾਂ ਬਈ ਅਜ਼ਰ ਮਗਰੇ ਬੈਨ ਤੋਂ ਬਾਅਦ ਕੂਫੇ ਦੀਆਂ ਵਸਤੀਆਂ ਵੱਧ ਜਲੂਸ ਵੜਾ ਕੇ ਆਈ ਫਿਜ਼ਾ ਇਤਲਾ ਦਿੱਤੀ ਅਰੀਆ ਦੇ ਮੇਰੀ ਧੀ ਕਿਨ ਗਈਏ ਆਪਣੇ ਹੁਜਰੇ ਚ ਮੁਸੱਲਿਤ ਪਰ ਮੈਨੂੰ ਮਿੰਨਾ ਤਲਾ ਮੈਨੂੰ ਚਲਾ ਜਿਹੜੇ ਧੀਆਂ ਵਾਲੇ ਬੈਠੇ ਅਲੀ ਦੇ ਸਜੇ ਹੱਥ ਚਲਾਕ ਪਿੱਛੂ ਕੂਫੇ ਦੀਆਂ ਵਸਤੀਆਂ ਫਿਜ਼ਾ ਭੇਣ ਆਲੀ ਅਗਵਾਕ ਉੱਠੇ ਮੇਰੀ ਸੈਨ ਉੱਠੀ ਖੜੀ ਧੀ ਦੇ ਚਿਹਰੇ ਦੇ ਸਾਹਮਣੇ ਅਲੀ ਚਰਾਗ ਨੱਪੀ ਖੜੇ ਬਾਬ ਪਰ ਮੈਨੂੰ ਕੂਫੇ ਦੀਆਂ ਵਸਤੀਆਂ ਗੌਰ ਨਾਲ ਦੇਖੋ ਇਹ ਆਲੀ ਹੈ ਇਹ ਮੇਰੀ ਵੱਡੀ ਧੀ ਅੱਜ ਮੇਰੇ ਨਾਲ ਆਈ ਕਰ ਭਰ ਜਾਈਆਂ ਨਾਲ ਅਸੀਂ ਪੱਥਰ ਨਾ ਮਲਾਏ ਤੂੰ ਚੁੱਪ ਕਰ ਗਏ ਬੀਬੀ ਤੂੰ ਮੁਸੱਲਾ ਛੁੱਟ ਗਏ ਦੋਏ ਕਦਮਾਂ ਤਲਾ ਕੇ ਅਸੀਂ ਕਿਉਂ ਬਰੇ ਸੁਣਵੇ ਬਾਬਾ ਪਰ ਮੈਨੂੰ ਮੇਰੀ ਧੀ ਤੇਰੀ ਮਾਂ ਵੀ ਤਾਂ ਲੋਕ ਮਰੇ ਦੇ ਰਹੇ ਨਾ ਆਦੀ ਬਾਬਾ ਅੰਮਾ ਦਾ ਤਾਂ ਫਿਰਾ ਕੋਈ ਨਹੀਂ ਮੇਰੇ ਸੱਚਾ ਨਾ ਫਿਰਾ ਓ ਮੈਂ ਗਾਲੀ ਦੀ ਫੇ ਵਾਹ 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 ਅਰੀ ਦੀ ਰੋਂਦੇ ਬਾਬਾ ਦਾੜੀ ਪੁੱਸ ਗਈ ਧੀ ਦੇ ਗੱਲ ਬਈ ਪਈ ਨੇ ਚਾਦਰ ਚਮਕਿਆ ਦਿਨ ਭੁੱਲੀ ਨਾ ਰਾਵੇ ਹੁੰਦੇ ਆਰਜ਼ੀ ਮਾਣ ਫਿਰਾਵਾਂ ਦੇ ਆਵੇਂਦੀਆਂ ਹਿਲ ਤਨਹਾਈਆਂ ਆਵੇਂਦੇ ਨੂੰ ਵਕਤ ਸ਼ਰੀਫਾਂ ਚ ਹਿਲ ਚਾਦਰ ਆਵੇ ਨਵਕਾ ਸ਼ਰੀਫਾਂ ਤੇ ਚਾਦਰ ਲਾਦੀਆਂ ਸ਼ਾਹੀਆਂ ਖੁਸ਼ੀਆਂ ਦੇ ਚਾਰ ਨਹੀਂ ਆਉਂਦਾ ਬਾਬਾ ਹੁੰਦੇ ਆਰਜ਼ੀ ਮਾਣ ਫਿਰਾਵਾਂ ਦੇ ਤੇ ਆਵੇਂਦੀਆਂ ਹਿਲ ਤਨਹਾਈਆਂ ਸ਼ਰੀਫਾਂ ਤੇ ਚਾਦਰ ਲਾਦੀਆਂ ਸੈਯਦਾਂ ਦਾ ਜਿਹੜੀਆਂ ਔਰਤ
ਤੈ ਪੱਥਰ ਮਰੇ ਸਿਰ ਤੇਰੇ ਲਾਲ ਹੋ ਸਿਨ ਭਰ ਜਾ ਜੀ ਬਾਬਾ ਬਿਸਮਿਲਲਾਹ ਖਾਨ ਜਿਹੜੀਆਂ ਔਰਤਾਂ ਅੱਜ ਤੱਕ ਖਾਸ ਦਰੇ ਕੇ ਤੇਰੀ ਕਰਨ ਸੀਆ ਰਤ ਆਈ ਆਈ ਹੈ ਔਰਤ ਤੈ ਕੋ ਪੱਥਰ ਮਰੇ ਸਨ ਜੀ ਬਾਬਾ ਜੀ ਤੇਰੇ ਨਾਲ ਹੋ ਸਿਨ ਭਰ ਜਾ ਓ ਮੈਂ ਸਦਕੇ ਥੀਆ ਗੁਜ਼ਰਦੇ ਰਹੇ ਨਹੀਂ ਬਾਬਾ ਗੁਜ਼ਰ ਗਿਆ ਜ਼ਮਾਨਾ 40 ਹਿਜਰੀ ਇਹੋ ਰਮਜ਼ਾਨ ਵਾਲਾ ਚੰਨ ਦਿਸ ਪਿਆ ਸ਼ਲਾ ਨਾ ਡਿੱਠਾ ਹੋਇਆ ਜ਼ਵਾਰਾ ਹਰ ਕੈਂ ਡਿੱਠੇ ਜਿਵੇਂ ਬਤੂਲ ਦੀਆਂ ਧੀਆਂ ਡਿੱਠੇ ਹੋਏ ਕਹਿਣੇ ਡਿੱਠਾ ਲੈ ਬਸ ਛੋਟੀ ਭੇਣ ਦੇ ਗੱਲ ਬਈ ਪਾ ਕੇ ਜੀ ਦੁਆ ਮੰਗੀ ਉਹ ਚੰਨ ਖੈਰ ਨਾ ਹੋਵੇ ਜੈ ਦੇ ਫਲਕ ਤੇ ਚੰਨ ਚੜੇ ਮੈਂ ਹਾਂ ਲੈ ਬਾਦਸ਼ਾਹ ਅਲੀ ਜ਼ਿੰਦਗੀ ਦਾ ਆਖਰੀ ਰਮਜ਼ਾਨ ਬਾਬਾ ਇੱਕ ਵਿੰਨ ਤਕਸੀਮ ਕੀਤਾ ਸੈਰੀ ਹਸਨ ਕੋਲ ਅਫਤਾਰੀ ਕਹਿੰਦੀ ਦੇ ਘਰ ਅਫਤਾਰੀ ਹੁਸੈਨ ਕੋਲ ਸੈਰੀ ਕਹਿ ਪਾਕ ਸ਼ਾਹਜ਼ਾਦੀ ਦੇ ਘਰ ਗਿਆ ਕਰ ਧੀਆਂ ਦੇ ਘਰ ਇਹ ਜਿਹੜੀ ਰਸਮ ਹੈ ਨਾ ਧੀਆਂ ਕੋਲ ਨਹੀਂ ਮੰਨਣਾ ਹਿੰਦੂਆਂ ਦੀ ਰਸੂਲ ਹੀ ਧੀ ਦੇ ਘਰ ਵਹਿੰਦਾ ਵੀ ਦਿਹਾੜ ਵਿੱਚ 5 ਦਫ਼ਾ ਜੇ ਜਿਹੜੀ ਔਖੀ ਧੀ ਹੋਵੇ ਨਾ ਤਾਂ ਪਿਓ ਬੰਨ ਬੜੇ ਖੁਸ਼ ਥੀ ਰਹਿੰਦੀ ਅਦੀਏ ਬਾਬਾ ਮੇਰੀ ਸੰਭਾਲ ਲਾਹਣ ਆਇਆ ਤੇ ਅਲੀ ਦੀ ਸੁਨਤ ਹੈ ਧੀਆਂ ਕੋਲ ਖਾਵਣਾ ਧੀਆਂ ਕੋਲ ਵੰਜਣਾ ਰੱਲੇ ਬਲਹਾ ਕੇ ਖਵੈਂਦਾ ਈ ਧੀਆਂ ਕੋ ਅਲੀ ਭਾਵੇਂ ਜੋ ਸ਼ਰਮ ਕਰੇ ਦੀਆਂ ਹੈ 18ਵਾਂ ਰੋਜ਼ ਹੈ ਬਾਬਾ ਦੀਗਰ ਦਾ ਵੇਲੇ ਮੇਰੀ ਛੋਟੀ ਸੈਣੇ ਦੁਆਈ ਮੰਗਦੀ ਬੈਠੀ ਆਉਂਦੀ ਹੈ ਸ਼ਰਮ ਡਾਢੀ ਆਉਂਦੀ ਹੈ ਕੋਈ ਹੋਵੇ ਆ ਬਾਬੇ ਕਵੰਜਾ ਖਿਆ ਜਾਲੀ ਅਫਤਾਰੀ ਤਾਂ ਮੇਰੇ ਕੋਲ ਕਰੇ ਜਾ ਸਦਕੇ ਥੀ ਪਾਉਂ ਸਿਰ ਤੇ ਅਲੀ ਸ਼ਫਕਤ ਦਾ ਹੱਥ ਰੱਖਿਆ ਤੇ ਮੇਰੀ ਧੀ ਤੇਰੀ ਦੁਆ ਮੁਸਤਜਾਬ ਹੋ ਗਈ ਅੱਜ ਤੋਂ ਬਾਅਦ ਜਿਤਨੀਆਂ ਅਫਤਾਰੀਆਂ ਕਰੀਆਂ ਤੇਰੇ ਕੋਲ ਕਰੇ ਸਾ ਅਲੀ ਜਿਤਨੀਆਂ ਸੈਰੀਆਂ ਕਰਨੀਆਂ ਉਹ ਤੇਰੇ ਬੀਵੀ ਖੁਸ਼ ਥੀ ਗਈ ਹੈ ਬਾਬਾ ਜੋ ਬਾਬੇ ਕਿਹੜੀ ਸ਼ਫਕਤ ਫਰਮਾਈ ਖੁਸ਼ ਥੀਂਦੀ ਵਧੀਏ ਭੇਣੀ ਕੁੜ ਸਹਿੰਦੀ ਵਧੀਏ ਤੂੰ ਸਹੀ ਅਫਤਾਰੀ ਮੇਰੇ ਕੋਲ ਕਰਾਏ ਜੋ ਬਾਬਾ ਅੱਜ ਮੇਰੇ ਹੁਜਰੇ ਚ ਸੋਹਣਾ ਦਸਤਰਖਾਨ ਲੈ ਆਦਨ ਦੁੱਧ ਰੱਖਸ ਖੁਰਮੇ ਨਮਕ ਬਾਦਸ਼ਾਹ ਧੀਆਂ ਦੇ ਇਕੱਠੇ ਬਹਿ ਕੇ ਅਫਤਾਰੀ ਕੀਤੀ ਆਦਨ ਨਮਕ ਨਾ ਲੈ ਪੀਵੀ ਆਦੀ ਬਾਬਾ ਦੁੱਧ ਪੀ ਮੇਰਾ ਹਾਂ ਠਰਿਆ ਅਲੀ ਯਾਦ ਰੱਖ ਚਾ ਚੁੱਪ ਕਰ ਗਏ ਬੀਵੀ ਆਦੀ ਸੈਰੀ ਲਿਖਣ ਸੋ ਅਲੀ ਯਾਦ ਨਹੀਂ ਬਾਬਾ ਤੁਸਾਂ ਨੱਪੀ ਸੋ ਫਰਮਾਇੰਦੇ ਨਹੀਂ ਮੇਰਾ ਨਸੀਬ ਹੀ ਨਹੀਂ ਇਹ ਦੁੱਧ ਮੇਰੇ ਮੁਕੱਦਰ ਵਿੱਚ ਨਹੀਂ ਇੱਕ ਦੂਰ ਦਾ ਮੁਸਾਫਿਰ ਏ ਹਾਏ ਉਹ ਅੱਜ ਰਾਤ ਕੂਫਾ ਹੈ ਕੱਲ੍ਹ ਜਾ ਲੈ ਗਾਜ਼ੀ ਮੰਗਣ ਆਵੀ ਛੜਾ ਦੁੱਧ ਨਾ ਦੇਵੇਂ ਸ਼ਹਿਦ ਮਿਲਾ ਕੇ ਸ਼ਰਬਤ ਬਣਾ ਦੇ ਮੇਰਾ ਲਜਪਾਲ ਇਮਾਮ ਮਗਰੇ ਬੈਲ ਮਸਜਿਦ ਕੂਫਟ ਪੜ੍ਹਾਈ ਨੇ ਬੀਬੀ ਆਦੀ ਬਾਬਾ ਘਰ ਰਹੇ ਕਹਿਲੇ ਉੱਠੀ ਖੜਦਾ ਕਹਿਲੇ ਦੀਵਾਰਾਂ ਦੇਖਦੇ ਕਹਿਲੇ ਆਸਮਾਨ ਤੋਂ ਦੇਖਦੇ ਵਾਤਾ ਦਿਨ ਰਾਤ ਤਾਈ ਆਈ ਬੀਬੀ ਆਦੀ ਸਾਡੇ ਬੂਹੇ ਤੇ ਦਸਤਕ ਥਈਏ ਬਾਬਾ ਬਹਿਰ ਗਈਏ ਮੈਂ ਦਰ ਤੇ ਆ ਖੜੀਆਂ ਮੇਰੇ ਬਾਬੇ ਦੇ ਸਾਹਬੀਨ ਹੁਜ਼ੈਫਾ ਯਮਾਨੀ ਅਬਦੁੱਲਾ ਇਬਨ ਅਫੀਫ ਦੁਬੈ ਨਾਂ ਵੀ ਲਿਖੇ ਨੇ ਬੀਬੀ ਆਦੀ ਮੈਂ ਸੁਣਦੀ ਖੜੀ ਆਵੀ
ਬਾਬੇ ਦੇ ਕਦਮੈਨ ਤੇ ਬਹਿ ਗਏ। ਅਦਨ ਯਾ ਅਲੀ ਸਕ ਮੁਖਬਰਾਂ ਦੱਸੇ ਤੇਰੇ ਕਤਲ ਦਾ ਇਰਾਦਾ ਘਿਨ ਕੇ ਲੋਕ ਕੂਫਾ ਚਿਨ ਯਾ ਅਲੀ ਅੱਜ ਕੂਫੇ ਦੀ ਫਿਜ਼ਾ ਵਿੱਚ ਖਤਰਾ ਹੈ, ਸਾ ਕੋਈ ਇਜਾਜ਼ਤ ਨੇ ਤੇਰੇ ਘਰ ਦਾ ਪਹਿਰਾ ਦੇਂਦੇ ਆ। ਪਰ ਮੈਂ ਚੁੱਪ ਕਰਕੇ ਘਰਾਂ 'ਚ ਵੰਜ ਸੰਭੋ, ਮੇਰੀ ਹਿਫਾਜ਼ਤ ਵਾਸਤੇ ਮੇਰਾ ਅੱਲਾਹ ਕਾਫੀ ਹੈ। ਬਿਸਮਿਲ੍ਲਾਹ ਕਰਾਂਗਾ ਬੀਬੀ ਅੱਧੀ ਵੱਧ ਦਸਤਕ ਥਈਏ। ਬਾਬੇ ਦੀ ਪੁਲਿਸ ਦਾ ਵੱਡਾ ਅਫਸਰ ਅੱਜ ਸਾਈ ਮੈਂ ਸੁਣੇ ਲੋਕ ਤੁਹਾਡੇ ਕਤਲ ਦਾ ਇਰਾਦਾ ਗਿਣ ਕੇ ਖੂਫੇ 'ਚ ਆ ਗਏ। ਅੱਜ ਰਾਤ ਮੈਂ ਤੁਹਾਡੇ ਦਰਵਾਜ਼ੇ 'ਤੇ ਬਸ ਅਲੀ ਅੱਜ ਤੇਰੀ ਛੋਟੀ ਜੀ ਬੇਚੈਨ ਹੈ ਘਰ ਵੱਲ ਵਾਲ ਸ਼ਾਲਾ ਵਸਤੇ ਰਹੋ। ਬੀਬੀ ਅੱਧੀ ਰਾਤ ਢਲ ਪਈ, ਸਮਝਦਾ ਤਾਂ ਬਾਬਾ ਅੱਗੇ ਕੋਈ ਨਹੀਂ ਮੁਸੱਲੇ 'ਤੇ ਰਹਿੰਦਾ, ਅੱਜ ਸਾਰੀ ਰਾਤ ਨਹੀਂ ਸੁੱਤਾ। ਬੀਬੀ ਆਦੀ ਕਹਿਲੇ ਸਾਡੋ ਡਿਹਦੇ, ਕਹਿਲੇ ਹਸਨੈਨ ਤੋਂ ਡਿਹਦੇ, ਕਹਿਲੇ ਗਾਜ਼ੀ ਦੇ ਹੁਜਰਤ ਵੰਜ ਡਿਹਦਾ ਜੋ ਅਬਾਸ ਸੁੱਤਾ ਪੀਏ। ਬੀਬੀ ਆਦੀ ਮੈਂ ਸਾਰਾ ਮਾਜਰਾ ਡਿਹਦੀ ਰਹੀ ਹਾਂ, ਰਾਤ ਜਲਦੀ ਵਧੀ ਆਈ, ਮੇਰਾ ਵੀਰ ਹਸਨ ਹੈ ਮਾਮਾ ਲੱਥੋ ਹੋਏ ਰੋਂਦਾ ਹੋਇਆ ਬਾਬੇ ਦੇ ਗੱਲ ਲੱਗਿਆ ਤੇ ਬਾਬਾ ਮੈਂ ਖਾਬ ਡਿੱਠੇ, ਮੈਂ ਕੋ ਤਾਬੀਰ ਦਿਓ ਹਸਨ ਖਾਬ ਡਸਾ, ਤੂੰ ਹੀ ਤਾਂ ਇਮਾਮ ਹੈ। ਅਤੇ ਬਾਬਾ ਮੈਂ ਜਿੱਥੇ ਦੀਨ ਦਾ ਕਾਬਾ ਢਹਿ ਗਏ, ਅੰਮਾ ਦੇ ਵਾਲ ਖੁੱਲ੍ਹੇ, ਨਾਨੇ ਦਾ ਤਾਜ ਲੱਥਾ ਹੋਇਆ, ਅਤੇ ਹਸਨ ਜਾਣਦਾ ਤੂੰ ਹੀ ਅਜ਼ਾਨ ਵੇਲੇ ਤੱਕ ਪਤਾ ਲੱਗ ਗਿਆ ਸੀ ਤਾਬੀਰ ਕਿਆ। ਯਾਰ ਬੜੀ ਕਬੂਲ ਮਜਲਿਸ ਸੀ ਅਜ਼ਾਨ, ਬੱਚਾ ਨਾਲ ਮਸਤਾ ਆਬਾਦ ਤੇ ਸ਼ਾਦ ਹੋ ਗਿਆ। ਜਿਹੜੇ ਅਜ਼ਾਨ ਮਿਲ ਸੀ ਤਾਬੀਰ ਆਵੇ ਸੀ ਆ। ਬੀਬੀ ਆਦੀ ਬਾਬੇ ਜਾਨ ਮੇਰੇ ਕੋਲ ਸੈਰੀ ਫਰਮਾਈ, ਸੈਰੀ ਕਰਕੇ ਬਾਬਾ ਹਿੱਕ ਇੱਕ ਹੁਜਰੇ 'ਚ ਗਈ ਹੈ, ਮੇਰੇ ਹਰ ਭਰਾ ਕੋ ਮਿਲੇ, ਹਰ ਧੀ ਕੋ ਮਿਲੇ। ਬੀਬੀ ਆਦੀ ਬਾਬਾ ਮਿਲਦਾ ਹੀ ਨਹੀਂ, ਜਿਵੇਂ ਲੰਬਾ ਸਫ਼ਰ ਪਿਆ ਰਹਿੰਦਾ ਹੋ। ਬੀਬੀ ਆਦੀ ਬਾਬੇ ਮਸਜਿਦ ਦੀ ਤਿਆਰੀ ਕੀਤੀ, ਹਿੱਕ ਦਮ ਅੱਗਾਂ ਚਾਹੁੰਦਾ ਨੌ ਨੌ ਦਫ਼ਾ ਸਾਰੋ ਡੇਤਾ। ਬੀਬੀ ਆਦੀ ਢਲੀ ਹੋਈ ਰਾਤ ਆਈ, ਸਾਰੇ ਘਰ 'ਚ ਪਾਲਤੂ ਬਦਖਾਨ ਅੱਲਾ ਜਾਣੇ ਕਿੱਥਾਂ ਵਧੀਆਂ ਭੱਜਦੀਆਂ ਹੋਈਆਂ ਬਾਬੇ ਦੀ ਅਬਾ ਆਪਣੀਆਂ ਚੁੱਜਾਂ 'ਚ ਘਿਰ ਕੇ, ਪਰ ਹਲੈਂਦੀਆਂ ਚੀਖਾਂ ਮਰਦੀਆਂ, ਪੱਤਾਂ ਹੀ ਮੇਂ ਲੱਗਦੇ ਦੁਆਦੀਆਂ, ਆ ਜਾਣੀ ਨਮਾਜ਼ ਮਸਜਿਦ ਨਫਾ ਅੱਲਾ ਮਾਨ ਅਲੀ ਫਰਮਾਏ ਹਸਨ ਇਹਨਾਂ ਦੀ ਭਾਰਤ। ਬੀਬੀ ਆਦੀ ਮੈਂ ਕੁਛ ਸਮਝਦਾ ਆ ਗਈ ਹੈ, ਇਹਨਾਂ ਦੀ ਭਾਰਤ ਥੱਡਾਂ ਦੇਖਦੀਆਂ ਜਰਾ ਲੰਬਾ ਸਫ਼ਰ ਮੰਗੇ ਨਾ। ਚਾਚਾ ਸੀ ਇਤਨੇ ਤੱਕ ਰਿਵਾਇਤ ਦਰਵਾਜ਼ੇ ਵਾਲੀ ਕੁੰਡੀ ਅਬਾ ਨਾਲ ਅੜ ਗਈ, ਹਰ ਸ਼ਾਇ ਅਲੀ ਕੋ ਰੋਕੇ ਮਸਜਿਦ ਨਵਾਂ, ਲੇਕਿਨ ਤੌਹੀਦ ਤੋਂ ਵਧੇ ਹੋਏ ਕਦਮ ਅਲੀ ਦੇ ਕੋਈ ਰੋਕ ਨਹੀਂ ਸਕਦਾ। ਸਦਕੇ ਥੀ ਮੈਂ ਆਪਣੇ ਬਾਦਸ਼ਾਹ ਨਾਲ ਮੁਲਾਕਾਤ ਆਈ, ਸਦਕੇ ਥੀ ਪਮਾਲੀ ਮਸਜਿਦ ਹੀ ਚਾਹੇ ਇੱਕ ਨਹੀਂ ਤ੍ਰੈ ਲਾਨਤੀ ਸੁੱਤੇ ਹੋਣ ਤ੍ਰੈ, ਇਹਨਾਂ ਤ੍ਰੀਆਂ ਦਾ ਮਨਸੂਬਾ ਹੀ ਇੱਕ ਆਖੇ ਬਾਹਰ ਮੈਂ ਕਰੇ ਸਾਂ, ਮੇਰਾ ਚੁੱਕੀ ਆ ਮੈਂ ਕਰੇ ਸਾਂ, ਬਾਈ ਲਾਨਤੀ ਆਖੇ ਮੈਂ ਕਰੇ ਸਾਂ, ਅਲੀ ਤ੍ਰਿਹਾ ਲਾਨਤੀਆਂ ਕੋ ਉਠਾਏ, ਇੱਕ ਤਾਂ ਪੇਰ ਦੀ ਠੋਕਰ ਮਾਰ ਕੇ ਦਿਨ ਮਸਜਿਦ ਹੀ ਸਾਹਮਣਾ ਨਹੁਸਤ, ਜਿਵੇਂ ਤੂੰ ਸੁੱਤਾ ਪੀਏ ਸ਼ੈਤਾਨ ਦੀ ਸੋਹ 'ਤੇ। ਉੱਠੀ ਨਮਾਜ਼ ਦਾ ਵਿਲ ਅਦੋ ਜਾ ਅਲੀ ਦਰੀ ਨਾ ਹਸਰਤ ਅਲੀ ਦੇ ਪਿੱਛੋਂ ਨਮਾਜ਼ ਪੜ੍ਹਾ, ਅਲੀ ਯਾਦ ਸੋਚ ਕੇ ਪੜ੍ਹੇ ਪਰਦੇਸ ਹੈ ਮੇਰੀਆਂ ਧੀਆਂ ਦੇ ਵਾਲ ਨਖਲਾ ਤੇਰੇ ਬੱਚੜੇ ਜਿਵੇਂ ਨਾ ਬਾਬਾ। ਅਦੋ ਜਾ ਅਲੀ ਹਸਰਤ ਹੈ ਨਮਾਜ਼ ਦੀ, ਅਲੀ ਯਾਦ ਜੈ ਭੇਜੇ ਹੀ ਜਾਣਨਾ, ਜਿਹੜੇ ਜਿਹੜੇ ਰਸਤਾ ਨਾਲ ਆਏ ਜਾਣਨਾ, ਜਿੱਥੇ ਰਾਤ ਰਹੀ ਅਲੀ ਜਾਣਦਾ, ਜਿਹੜਾ ਤੈਨ ਲਾਲਚ ਦਿੱਤਾ ਨੇ ਅਲੀ ਜਾਣਦਾ, ਮਗਰ ਤੈਂ ਹਾਲੇ ਜ਼ੁਲਮ ਨਹੀਂ ਕੀਤਾ, ਮੈਂ ਅਬਦੁਲ ਇਮਾਮ ਹਾਂ, ਮੇਰੇ ਅਦਲ ਦੇ ਖਿਲਾਫ ਹੈ ਜੋ ਮੈਂ ਤੇ ਕੋ ਸਜ਼ਾ ਦੇਵਾਂ। ਨਮਾਜ਼ ਪੜ੍ਹੇ ਸੋਚ ਕੇ ਸਦਕੇ ਥੀ ਮਾਂ। ਅੱਗੇ ਮੁਅੱਜ਼ਿਨ ਅਜ਼ਾਨ ਦਿੰਦਾ ਸੀ ਚਾਚਾ ਸਿੰਘ ਅਲੀ ਦਾ ਮੁਅੱਜ਼ਿਨ, ਅੱਜ ਅਲੀ ਖੁਦ ਨਹੀਂ ਸੀ,
ਦੂਸਾ ਨਾ ਇਹੋ ਜਿਹੀਆਂ ਹਨ ਜਿਹੜੀਆਂ ਕੌਮ ਸ਼ੀਆ ਕਬਰਦੀਆਂ ਨਹੀਂ ਇੱਕ ਉਹਨੀ ਰਮਜ਼ਾਨ ਮਸਜਿਦ ਕੂਫਾ ਚਲੀ ਦੀ ਅਜ਼ਾਨ ਇੱਕ ਇੱਕ ਖਿਜਰੀ ਡਾ ਮੁਹਰਮ ਕਰਬਲਾ ਦੇ ਲੱਖੋ ਲੱਖ ਸਹਿਰਾ ਚ ਅਲੀ ਅਕਬਰ ਦੀ ਅਜ਼ਾਨ ਭਾਈ ਉਹ ਅਜ਼ਾਨ ਦੀ ਜਿੱਥੇ ਕੋਈ ਸਾਰਾ ਸਾਲ ਇੰਤਜ਼ਾਰ ਆਉਂਦੀ ਹੈ ਧੀਆਂ ਭੈਣੀ ਦੀਆਂ ਮੰਨਤਾਂ ਹੁੰਦੀਆਂ ਜੋ ਅਲੀ ਅਕਬਰ ਦੀ ਅਜ਼ਾਨ ਸਾਰੀ ਰਾਤ ਜਾਗ ਕੇ ਸੁਣਨੀ ਸੱਚਾ ਦੱਖਣਾ ਤਾਬੂਤ ਨੇੜੇ ਹੈ ਬਾਬਾ ਠੀਕ ਹੈ ਬਿਸਮਿਲ੍ਲਾ ਅਲੀ ਗੁਲਦਸਤਾ ਅਜ਼ਾਨ ਤੇ ਆਏ ਯਾਰ ਤੁਸਾਂ ਵਸਦੇ ਆਬਾਦ ਹੋਵੋ ਇਹਦਾ ਸੋਹਣਾ ਰੋਂਦੇ ਹੋ ਅਲੀਯਾ ਦੇ ਅੱਲਾਹ ਅਕਬਰ ਚੁੱਪ ਕਰ ਗਏ ਮੁਲਤਾਨ ਵਾਲੇ ਅਲੀ ਦੂਜੀ ਦਫਾ ਕੇ ਅੱਲਾਹ ਅਕਬਰ ਚੱਜ ਸਈ ਜੀ ਮੁਸੱਲੇ ਤੇ ਬੈਠੀ ਆਈ ਵੱਡੀ ਭੇਰ ਗਵਾਦੀ ਮੁਸੱਲਾ ਛੋੜ ਬਾਬੇ ਦੀ ਅਜ਼ਾਨ ਸੁਣ ਆਦੀ ਵੇ ਲੱਗਦਾ ਏ ਅਜ਼ਾਨ ਹੀ ਦੇਦਾ ਖੜਾ ਏ ਬਾਬਾ ਰੋਂਦਾ ਹੀ ਖੜਾ ਏ ਜਿਹੜੇ ਸਵਾਰ ਬੈਠੀ ਉਹ ਇਹ ਅਲੀ ਦਾ ਘਰ ਇਹ ਮਸਜਿਦ ਕੂਫੇ ਮਲਹਿਕਾ ਦੀਵਾਰ ਕੰਧ ਨਾਲ ਧੀਆਂ ਖੜੀਏ ਨਲੀ ਅਜ਼ਾਨ ਦੇਂਦਾ ਖੜਾ ਏ ਧੀਆਂ ਦੁਆਈ ਕਰਦੀਆਂ ਖੜੀਏ ਹਾਏ ਅੱਲਾ ਗਵਾਏ ਵਾਜਬ ਨਮਾਜ਼ ਚਲੀ ਸ਼ਹੀਦ ਨਹੀਂ ਹੋਏ ਨਵਾਫਿਲ ਬੈਠੇ ਪੜਦੇ ਆਏ ਥੋੜੇ ਬੰਦੇ ਆਣ ਬਾਬਾ ਮਸਜਿਦ ਹਾਏ ਅੱਲਾ ਗਵਾਏ ਅਲੀ ਮਿਹਰਾਬ ਮਸਜਿਦ ਚਾਏ ਨਵਾਂ ਫਿਰਦੀ ਅਲੀ ਨੀਅਤ ਕੀਤੀ ਏ ਪਹਿਲੀ ਲੱਗਾ ਦਾ ਪਹਿਲਾ ਸਜਦਾ ਈ ਜ਼ਾਲਿਮ ਦੇ ਬੱਚੇ ਡਿੱਠੇ ਜੋ ਅਲੀ ਕੱਲਾ ਈ ਦੂ ਹੱਥ ਤਲਵਾਰ ਨੱਪ ਕੇ ਅਲੀ ਦੇ ਸਾਰੇ ਜੋ ਜ਼ਲਬ ਮਾਰੀ ਏ ਯਕੀਨ ਕਰਾਏ ਅਲੀ ਦਾ ਸਾਰੀ ਵੇ ਖੁੱਲ ਗਏ ਜਿਵੇਂ ਕੁਰਾਨ ਖੁੱਲ ਅਲੀ ਦੇ ਮਾਮੇ ਦੇ ਚਾਰ ਟੁਕੜੇ ਥੀ ਗਏ ਹਾਏ ਮਿੰਬਰ ਦੀ ਕਸਮ ਜਬਰੀਲ ਮਨਾ ਦੀ ਕੀਤੀ ਕਾਦ ਕੋਚ ਨਾ ਅਮੀਰ ਅਲ ਮੋਮਨੀ ਹਸਲੈਨੀ ਮਸਜਿਦ ਚ ਮੌਜੂਦ ਐਨ ਬਾਬਾ ਬਾਬਾ ਕਰ ਕੀ ਉੱਤੇ ਆ ਢੜ ਅਲੀ ਮਿੱਠੀ ਚਾਹ ਕੇ ਜ਼ਖਮ ਚ ਲਈਏ ਹੱਕਰ ਮਾਰ ਕੇ ਆਂਦੇ ਹਸਰ ਜਲਦੀ ਕਰ ਨਮਾਜ਼ ਪੜ੍ਹਾ ਆਦ ਰਜਾ ਗਾਲੀ ਘਰ ਰਹੀ ਅੱਲਾ ਗਵਾਏ ਅਲੀ ਦੀ ਧੀ ਦੀਵਾਰ ਲਾਲੂ ਵਾਲੇ ਕਦਮ ਚਾ ਕੇ ਗਾਲੀ ਦੇ ਹੁਜਰੇ ਚਾਹੀਏ ਬੀਬੀ ਆਦੀ ਮੁਸੱਲਾ ਛੋੜ ਬਾਬਾ ਮਾਰ ਗਈਏ ਬੀਬੀ ਆਦੀ ਐਲਾਨ ਸੁਣ ਮਨਾ ਦੀਆ ਲਾਇਨਾਨ ਵਧਾ ਕਰੇ ਦਾ ਅਮੀਰ ਮੋਮਨਾ ਦਾ ਮਾਲਾ ਬੀਬੀ ਆਦੀ ਗਾਲੀ ਭੇਣ ਦੀ ਗੱਲ ਸੁਣੀ ਵਾਲ ਬਾਬੇ ਗੁਸਰੀਆ ਵਾਲ ਰੇ ਜਲਦੀ ਘਰ ਆ ਨਾ ਤਾਂ ਮੈਂ ਮਸਜਿਦ ਚ ਆਵੈ ਸਾਂ ਹਾਏ ਤੁਹਾਡਾ ਆਵਾਜ਼ ਖੋਲੇ ਬਾਬਾ ਨੀ ਆਦੇ ਹੁਸੈਨ ਸਹਿਬੀ ਮੱਕਾ ਤੇ ਲਿਖਾ ਏ ਬਦਲ ਬਣੇ ਹੋਏ ਨੇ ਕੂਫੇ ਦੀ ਫਿਜ਼ਾ ਤੇ ਬਦਲ ਬਿਜਲੀ ਚਮਕਦੀ ਪਈ ਏ ਇਹ ਜ਼ਾਲਿਮ ਦਾ ਬੱਚਾ ਜ਼ਰਾ ਮਾਰ ਕੇ ਗਲੀਆਂ ਚ ਭੱਜਦਾ ਅਲੀ ਦੀ ਪੁਲਿਸ ਕੋ ਗ੍ਰਿਫਤਾਰ ਕੀਤਾ ਅਲੀ ਦੇ ਸਾਹਮਣੇ ਘਿਰਨਾ ਏ ਜ਼ਾਲਿਮ ਦੀ ਜ਼ਬਾਨ ਕੁੱਤੇ ਵਾਲੀ ਕਾਰ ਬਾਬਾ ਬਹਿਰ ਨਿਕਲੀ ਹੋਈ ਘਰ ਦੇ ਵਿੱਚ ਥਈ ਕੋਲ ਕਹਿਣਾ ਸਦਕੇ ਲਗੀ ਜ਼ਰਾ ਅਮੀਰ ਕੋਈ ਸਰ ਦੇ ਵਿੱਚ ਥਈ ਕੋਲ ਕਹਿਣਾ ਲਗੀ ਜ਼ਰਾ ਅਮੀਰ ਕੋ ਸਰ ਦੇ ਵਿੱਚ ਥਈ ਕੋਲ ਕਹਿਣਾ
ਸੱਚਾਈਆਂ ਦਿਲ ਤੇ ਸਰਵਰ ਦੇ ਪਾਕ ਨਵਾਸੇ ਵਦਾ ਨਾਲ ਦੀਵਾਰਾਂ ਟੱਕਰਾਂ ਮਾਰੇ ਜੈ ਗੁਆ ਦੇ ਲੋਕ ਜੀ ਜ਼ਖਮੀ ਪਿਉ ਕੋ ਚਾਹੀਆਂ ਨੇਨ ਸਰਵਰ ਦੇ ਪਾ ਨਵਾਸੇ ਵਦਾ ਨਾਲ ਦੀਵਾਰ ਦੇ ਟੱਕਰਾਂ ਮਾਰੇ ਜੈ ਕੁਮਹਦਨ ਲੋਕ ਅੱਬਾ ਇੱਕ ਬੰਦ ਵੀ ਆ ਪੜ੍ਹਦੇ ਮਾਂ ਬਾਬਾ ਰੋਂਦੇ ਹੋ ਹਰ ਧੀ ਦੇ ਦਿਲ ਦੀ ਆਸ ਹੁੰਦੀ ਏ ਪਈਏ ਈਦ ਫਿਤਰ ਦੀ ਮੈਂ ਜੋ ਮੰਗਸਾ ਮੈਂ ਕੋ ਬਾਬਾ ਦੇ ਸੀ ਅਟਾਂਗ ਧੀਆਂ ਕੋ ਆਦਾ ਬਿਨਾ ਮੈਂ ਸਦਕ ਅਲੀ ਦੀ ਧੀ ਤੁਥੀ ਵਾ ਤੇ ਰਹੀਏ ਈਦ ਦੇ ਨੀ ਕੁਰਲਾ ਦੀ ਜਾ ਸੁਰਖਾ ਮਾਮਾ ਬਾਬੇ ਦਾ ਰਹੀਏ ਖਾਕ ਤੇ ਉੱਠਦੀ ਆਦੀ ਆਈ ਬਾਬਾ ਪਰਦੇਸ ਚ ਧੀਆਂ ਰੋਲ ਗਈਆਂ ਨੀ ਮਾਤਾ ਮੈਂ ਹੁਸੈਨ ਸ਼ਾਹਦੀ ਪੇ ਖੰਜਰ ਚਲਾ ਦਿਆ ਸਜਦੇ ਮੇ 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 ਸ਼ਾਹਦੀ ਪੇ ਖੰਜਰ ਚਲਾ ਦਿਆ